ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਪ੍ਰਧਾਨ ਡਾਕਟਰ ਨਵਜੋਤ ਸਿੰਘ ਦਾਈਆ ਦੀ ਅਗਵਾਈ ਹੇਠ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਿੱਲਾ ਚੁਹਾਰਮੀ ਵਿਖੇ ਸੰਤ ਵਰਿਆਮ ਸਿੰਘ ਦਾਈਆ ਮੈਮੋਰੀਅਲ ਮਲਟੀ ਸੁਪਰ ਸਪੈਸ਼ਲਿਸਟ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ। ਜਲੰਧਰ ਦੇ 12 ਸੁਪਰ ਮਲਟੀ ਸਪੈਸ਼ਲਿਸਟ ਹਸਪਤਾਲ ਸਾਂਝੇ ਤੌਰ ਤੇ 10 ਵੈਂਟੀਲੇਟਰਾਂ ਨਾਲ ਇਹ ਹਸਪਤਾਲ ਤਿਆਰ ਕਰਵਾ ਰਹੇ ਹਨ। ਇਸ ਤਿਆਰ ਕੀਤੇ ਜਾ ਰਹੇ ਹਸਪਤਾਲ ਦਾ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ SSP ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਵੱਲੋਂ ਦੌਰਾ ਕੀਤਾ ਗਿਆ। ਹਸਪਤਾਲ ਨੂੰ ਤਿਆਰ ਕਰਨ ਲਈ 24 ਘੰਟਿਆਂ ਜਿੱਥੇ ਪੰਜਾਬ ਦੇ ਵਿੱਚ ਕਰਫਿਊ ਲੱਗਾ ਹੋਇਆ ਹੈ ਉੱਥੇ ਹੀ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਲੰਮੇ ਸਮੇਂ ਤੋਂ ਆਪਣੀ ਜ਼ਿੰਮੇਵਾਰੀ ਬੜੀ ਵਧੀਆ ਢੰਗ ਨਾਲ ਨਿਭਾ ਰਹੇ ਨੇ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸਾਡੇ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਜੀ ਸ਼ਰਮਾ। ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੇ ਜਿਹੜੇ ਅੱਜ ਸ਼ਾਹਕੋਟ ਏਰੀਏ ਦੇ ਵਿੱਚ ਆਏ ਨੇ ਕੀ ਕਹਿਣਾ ਚਾਹੁੰਦੇ ਨੇ? ਦੇਖੋ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਸਾਡੀ ਜੋ ਪਲੈਨਿੰਗ ਹੈਗੀ ਹੈ, ਅਸੀਂ 350 ਬੈੱਡ ਦੀ ਜਿਹੜੀ ਫੈਸਿਲਿਟੀ ਹੈ ਸਿਵਲ ਹਸਪਤਾਲ ਜਲੰਧਰ 'ਚ ਬਣਾਈ ਹੋਈ ਹੈ। ਪਰਮਾਤਮਾ ਨਾ ਕਰੇ, ਵੈਸੇ ਤਾਂ ਇੰਨੀ ਨੌਬਤ ਨਹੀਂ ਆਊਗੀ ਜਿਵੇਂ ਲੋਕ ਆਪਦੇ ਘਰਾਂ 'ਚ ਟਿਕੇ ਹੋਏ ਨੇ। ਜੇ ਨੌਬਤ ਆਵੇ ਤਾਂ ਉਸ ਤੋਂ ਬਾਅਦ 500 ਬੈੱਡ ਦੀ ਫੈਸਿਲਿਟੀ ਅਸੀਂ ਪਿਮਸ ਦੇ ਵਿੱਚ ਤਿਆਰ ਕਰ ਰਹੇ ਹਾਂ। ਉਸ ਤੋਂ ਇਲਾਵਾ ਅਸੀਂ 2 ਦਿਨ ਪਹਿਲਾਂ IMA ਨੂੰ ਰਿਕੁਐਸਟ ਕੀਤੀ ਸੀ। IMA ਵੱਲੋਂ 12 ਹਸਪਤਾਲਾਂ ਨੇ, ਮੈਂ ਉਹਨਾਂ ਦੇ ਨਾਮ ਪੜ੍ਹ ਰਿਹਾ, ਉਹਨਾਂ ਨੇ ਇੱਕ ਕੋਮਨ ਫੈਸਿਲਿਟੀ ਜਿਹੜੀ ਹੈਗੀ ਹੈ ਬਿੱਲੀ ਚੁਹਾਰਮੀ ਦੇ ਵਿੱਚ ਜਿਹੜਾ ਹੈਗਾ ਇਹ ਹੋਸਪਿਟਲ ਜਿਹੜਾ SWSD ਦੇ ਨਾਮ ਦੇ ਨਾਲ ਦਿੱਤਾ ਹੈਗਾ, ਜਿੱਥੇ ਕਿ ਇਹਨਾਂ ਨੇ ਸਾਰਿਆਂ ਨੇ ਆਪਦੇ ਵੈਂਟੀਲੇਟਰ ਐਕਸਰੇ ਮਸ਼ੀਨਾਂ ਪੂਲ ਇਨ ਕਰਕੇ ਇੱਕ 10 ਵੈਂਟੀਲੇਟਰਾਂ ਦਾ 20 ਬੈੱਡਡ ਹੋਸਪਿਟਲ ਤਿਆਰ ਕਰਤਾ। ਜਦੋਂ ਇਹ ਸਰਕਾਰੀ ਫੈਸਿਲਿਟੀਜ਼ ਭਰ ਜਾਣਗੀਆਂ ਫਿਰ ਅਸੀਂ ਜੇ ਲੋੜ ਪਈ ਤਾਂ ਅਸੀਂ ਤਾਂ ਕਿ ਇੱਥੇ ਮਰੀਜ਼ਾਂ ਨੂੰ ਭੇਜ ਸਕੀਏ। ਇਹਨਾਂ ਹਸਪਤਾਲਾਂ ਦੇ ਨਾਮ ਨੇ ਕਾਰਮੈਕਸ ਹੋਸਪਿਟਲ ਹੈ ਗੁਰੂ ਨਾਨਕ ਮਿਸ਼ਨ ਚੌਂਕ, ਗਲੋਬਲ ਮਲਟੀ ਸਪੈਸ਼ਲਿਟੀ ਹੋਸਪਿਟਲ ਹੈ, ਜੌਲ ਮਲਟੀ ਸਪੈਸ਼ਲਿਟੀ ਹੋਸਪਿਟਲ ਹੈ, ਨਿਊ ਰੂਬੀ ਹੋਸਪਿਟਲ ਹੈ, NHS ਹੋਸਪਿਟਲ ਹੈ, ਆਕਸਫੋਰਡ ਹੋਸਪਿਟਲ ਹੈ, ਪਟੇਲ ਹੋਸਪਿਟਲ ਹੈ, PGI ਹੋਸਪਿਟਲ ਹੈ, ਲਿੰਕ ਰੋਡ ਜਲੰਧਰ ਵਾਲਾ, ਸ਼ਕੁੰਤਲਾ ਦੇਵੀ ਮੈਮੋਰੀਅਲ ਹੋਸਪਿਟਲ ਹੈ, ਟੈਗੋਰ ਹੋਸਪਿਟਲ ਹੈ, ਵਿਰਕ ਫਰਟੀਲਿਟੀ ਸੈਂਟਰ ਹੈ ਅਤੇ ਜਨਤਾ ਹੋਸਪਿਟਲ ਹੈ। ਇਹ 12 ਹਸਪਤਾਲਾਂ ਨੇ ਆਪਦੀਆਂ ਸਾਰੀਆਂ ਮਸ਼ੀਨਾਂ ਸਟਾਫ ਸਾਰਾ ਕੁਝ ਦੇ ਕੇ ਤੁਸੀਂ ਦੇਖਿਆ ਅੰਦਰ ਪੂਰਾ ਆਕਸੀਜਨ ਵਾਲਾ ਵੀ ਪੂਰਾ ਸਿਸਟਮ ਲਾਤਾ, ਔਰ ਇਹ 24 ਘੰਟੇ ਅੰਦਰ ਜਿਹੜਾ ਹਸਪਤਾਲ ਹੈ ਤਿਆਰ ਹੋ ਜਾਣਾ ਹੈਗਾ। ਔਰ ਪਰਮਾਤਮਾ ਨਾ ਕਰੇ ਇਹਦੀ ਲੋੜ ਆਪਾਂ ਨੂੰ ਪਵੇ, ਪਰ ਇਹ ਅਸੀਂ ਅਖੀਰਲੇ ਰਿਜ਼ੋਰਟ ਦੇ ਤੌਰ 'ਤੇ ਵਰਤਣਾ। ਔਰ IMA ਦਾ ਔਰ ਇਹਨਾਂ 12 ਹਸਪਤਾਲਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਸੂਝਮੱਤਾ ਨਾਲ ਇਹਦੀ ਬਜਾਏ ਕਿ ਅਸੀਂ ਥਾਂ ਥਾਂ ਮਰੀਜ਼ਾਂ ਨੂੰ ਖੰਡਾਉਂਦੇ ਫਿਰੀਏ, ਇੱਕ ਥਾਂ 'ਤੇ ਤਾਂ ਕਿ ਕੰਟੇਨ ਰਹੇ, ਬਿਮਾਰੀ ਦੀ ਲਾਗ ਵੀ ਅੱਗੇ ਨਾ ਫੈਲੇ, ਮੈਂ ਇਸ ਗੱਲ ਦੇ ਲਈ ਇਹ 12 ਹਸਪਤਾਲਾਂ ਦਾ ਧੰਨਵਾਦ ਕਰਦਾ। ਔਰ ਲੋਕਾਂ ਨੂੰ ਦੁਬਾਰਾ ਤੋਂ ਇਹ ਅਪੀਲ ਕਰਦਾ, ਇਹ ਬੈੱਡ ਬਣਾਏ ਜ਼ਰੂਰ ਗਏ ਨੇ, ਪਰ ਵਾਹਿਗੁਰੂ ਨੂੰ ਮੇਰੀ ਇਹ ਅਰਦਾਸ ਹੈ ਕਿ ਇਹ ਬੈੱਡ ਖਾਲੀ ਰਹਿ ਜਾਣ। ਖਾਲੀ ਕਿੱਦਾਂ ਰਹਿ ਸਕਦੇ ਨੇ? ਜੇ ਤੁਸੀਂ ਆਪਦੇ ਘਰਾਂ 'ਚ ਰਹੋਗੇ, ਆਪਦੇ ਹੱਥ ਧੋਂਦੇ ਰਹੋਗੇ, ਹੱਥ ਨਹੀਂ ਮਿਲਾਓਗੇ। ਜਿਹੜੇ ਛੋਰ ਨੇ, ਨਵੇਂ ਜਵਾਕ ਨੇ, ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ, ਕਿਸੇ ਇਸ ਗੱਲ 'ਚ ਸ਼ੇਖੀ ਨਹੀਂ ਵੀ ਆਪਾਂ ਮੋਟਰਸਾਈਕਲ ਲੈ ਕੇ ਬਾਹਰ ਗੇੜੀ ਮਾਰੀਏ, ਇਸ ਬਿਮਾਰੀ ਤੋਂ ਆਪਾਂ ਬਚੀਏ, ਇਹਨਾਂ ਬੈੱਡਾਂ ਨੂੰ ਖਾਲੀ ਰਹਿਣ ਦੀਏ। ਇਹ ਖਾਲੀ ਤਾਂ ਹੀ ਰਹਿਣਗੇ ਜੇ ਤੁਸੀਂ ਘਰਾਂ 'ਚ ਰਹੋਗੇ। ਧੰਨਵਾਦ। SSP ਸਾਹਿਬ ਸਰਦਾਰ ਨਵਜੋਤ ਸਿੰਘ ਮਾਹਲ, ਕਿ ਉਹਨਾਂ ਵੱਲੋਂ ਜਿਹੜੇ ਮਤਲਬ ਕਰਫਿਊ ਨੂੰ ਕੰਟਰੋਲ ਕਰਨ ਲਈ ਕੀ ਪ੍ਰਬੰਧ ਕੀਤੇ ਗਏ ਨੇ? ਅੱਜ DC ਸਾਹਿਬ ਅਤੇ ਮੈਂ, ਅਸੀਂ ਇੱਕ ਫਲੈਗ ਮਾਰਚ ਪਹਿਲਾਂ ਨਕੋਦਰ ਦੇ ਵਿੱਚ ਕੀਤੀ ਹੈ, ਅਤੇ ਉੱਥੇ ਹੀ ਅਸੀਂ ਡਰੋਨਸ ਨੂੰ ਵੀ ਸਟਾਰਟ ਕੀਤਾ। ਅਸੀਂ ਹੁਣ ਇੱਕ ਨਵਾਂ ਤਰੀਕਾ ਯੂਜ਼ ਕਰ ਰਹੇ ਹਾਂ, ਜਿਹੜੇ ਲੋਕ ਵਾਇਲੇਟ ਕਰਦੇ ਨੇ ਕਰਫਿਊ ਨੂੰ, ਉਹਨਾਂ ਨੂੰ ਪਛਾਣ ਕੇ ਉਹਨਾਂ ਦੇ ਖਿਲਾਫ ਕੇਸਿਸ ਰਜਿਸਟਰ ਕਰਨ ਲਈ। ਜਿੱਥੇ ਅਸੀਂ ਡਰੋਨ ਨਾਲ ਲੋਕਾਂ ਦੀ ਪਛਾਣ ਕਰਕੇ ਪਰਚੇ ਦਰਜ ਕਰ ਰਹੇ, ਉੱਥੇ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਸਾਰੀ ਐਡਮਿਨਿਸਟ੍ਰੇਸ਼ਨ ਨੇ ਰਲ ਕੇ ਇੱਕ ਫੈਸਿਲਿਟੀ ਚਲਾਈ ਹੋਈ ਹੈ ਕਿ ਹਰ ਬੰਦੇ ਦੇ ਘਰ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਅਤੇ ਹਰ ਬੰਦੇ ਦੇ ਘਰ ਤੱਕ ਅਸੀਂ ਦਵਾਈ ਪਹੁੰਚਾ ਰਹੇ। ਜਦੋਂ ਇੰਨੀ ਫੈਸਿਲਿਟੀ ਅਵੇਲੇਬਲ ਹੈ ਅਤੇ ਇੱਕ ਇਹ ਮਹਾਮਾਰੀ ਫੈਲੀ ਹੋਈ ਹੈ ਅਤੇ ਇਸ ਦੇ ਬਾਅਦ ਵੀ ਫਿਰ ਕਿਸੇ ਕੋਲ ਜੇ ਕੋਈ ਵਾਜਿਬ ਰੀਜ਼ਨ ਨਹੀਂ ਹੈ ਬਾਹਰ ਨਿਕਲਣ ਦਾ, ਕੋਈ ਐਮਰਜੈਂਸੀ ਨਹੀਂ ਹੈ, ਅਤੇ ਸਾਡੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਘਰੋਂ ਬਾਹਰ ਨਾ ਨਿਕਲਣ। ਇਹ ਜਿਹੜੀ ਬਿਮਾਰੀ ਹੈ ਇਹ ਬੰਦੇ ਦੇ ਨਾਲ ਹੀ ਚੱਲਦੀ ਹੈ, ਜੇ ਬੰਦਾ ਘਰ ਦੇ ਵਿੱਚ ਹੈ, ਜੇ ਕੋਈ ਬਿਮਾਰ ਵੀ ਹੈਗਾ ਤਾਂ ਇਹ ਉੱਥੋਂ ਤੱਕ ਹੀ ਸੀਮਿਤ ਰਹਿ ਜਾਣੀ ਹੈ। ਪਰ ਲੋਕ ਕਿਉਂਕਿ ਕਈ ਕਾਰਨਾਂ ਕਾਰਨ ਬਾਹਰ ਆ ਰਹੇ ਸੀਗੇ, ਇਸ ਕਰਕੇ ਪੁਲਿਸ ਨੇ ਸਖਤੀ ਵੀ ਵਰਤੀ ਹੈ, ਅਸੀਂ ਬਹੁਤ ਸਾਰੇ ਪਰਚੇ ਵੀ ਦਰਜ ਕਰ ਰਹੇ ਹਾਂ। ਪਰ ਇਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਪਿਆਰ ਨਾਲ ਸਮਝਾ ਵੀ ਰਹੇ ਹਾਂ ਕਿ ਨਾ ਨਿਕਲੋ ਭਰਾਓ, ਵੀਰੋ ਬਾਹਰ, ਇਹ ਆਪਣੇ ਅੰਦਰ ਰਹੋਗੇ ਤਾਂ ਤਦ ਹੀ ਤੁਹਾਡੀ ਸਿਹਤ ਠੀਕ ਰਹੇਗੀ। ਇੱਥੇ ਮੈਨੂੰ ਇੱਕ ਹੋਰ ਬੜੀ ਖੁਸ਼ੀ ਤਾਂ ਨਹੀਂ ਮੈਂ ਕਹਿ ਸਕਦਾ, ਬਟ ਬੜੀ ਵਧੀਆ ਗੱਲ ਲੱਗੀ ਹੈ ਕਿ ਸਾਡੇ ਠੀਕਰੀ ਪੈ ਰਹੇ ਸਾਰੇ ਜ਼ਿਲ੍ਹੇ ਦੇ ਵਿੱਚ, 900 ਪਿੰਡ ਨੇ ਤਕਰੀਬਨ ਸਾਡੇ ਕੋਲ, ਸਾਰੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਕੋਆਪਰੇਸ਼ਨ ਕੀਤੀ ਹੈ ਅਤੇ ਠੀਕਰੀ ਪੈਰੇ ਲਾਏ ਨੇ, ਜਿਹੜੇ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਜੇ ਕੋਈ ਜਾਂਦਾ ਤਾਂ ਉਹਨਾਂ ਨੂੰ ਰੋਕਦੇ ਨੇ ਅਤੇ ਉੱਥੋਂ ਵਾਪਸ ਭੇਜ ਦਿੰਦੇ ਨੇ। ਪਰ ਇੱਥੇ ਮੈਂ ਠੀਕਰੀ ਪੈਰੇ ਵਾਲੇ ਵੀਰਾਂ ਨੂੰ ਵੀ ਸਾਰਿਆਂ ਨੂੰ ਇੱਕ ਰਿਕੁਐਸਟ ਕਰਨਾ ਚਾਹੂੰਗਾ ਕਿ ਕਿਸੇ ਨਾਲ ਕੋਈ ਬਦਤਮੀਜ਼ੀ ਨਾ ਕਰੀਏ, ਕਿਸੇ ਨਾਲ ਕੋਈ ਲੜਾਈ ਝਗੜਾ ਜਾਂ ਕਿਸੇ ਨੂੰ ਕੋਈ ਡੰਡਾ ਨਾ ਮਾਰੀਏ। ਜੇ ਕੋਈ ਨਹੀਂ ਆਖੇ ਲੱਗਦਾ ਤਾਂ ਪਲੀਜ਼ ਤੁਹਾਡੇ ਨਾਲ ਹੈ, ਉਹਨਾਂ ਨੂੰ ਇਨਫੋਰਮ ਕਰਤਾ ਜਾਵੇ।
ਜਿਹੜੀ ਅਸੀਂ ਪਿੰਡਾਂ ਤੋਂ ਪਿੰਡ ਦੀ ਗੱਲ ਕੀਤੀ ਹੈ, ਉੱਥੇ ਪਿੰਡ ਦੇ ਵਿੱਚ ਵੀ ਵਾਰਡ ਵਾਈਜ਼ ਵੀ ਹੁਣ ਅਸੀਂ ਸਟਾਰਟ ਕਰਨ ਲੱਗੇ ਕਿ ਵਾਰਡ ਇੱਕ ਵਾਰਡ 'ਚੋਂ ਦੂਜੇ ਵਾਰਡ ਦੇ ਵਿੱਚ ਲੋਕ ਨਾ ਜਾਣ, ਕਿਉਂਕਿ ਹਜੇ ਵੀ ਫੀਡਬੈਕ ਆ ਰਿਹਾ ਕਿ ਲੋਕ ਢਾਣੀਆਂ ਦੇ ਵਿੱਚ ਇਕੱਠੇ ਹੋ ਕੇ ਬਹਿ ਰਹੇ ਨੇ ਅਤੇ ਤਾਸ਼ ਤੂਸ਼ ਖੇਡ ਰਹੇ ਨੇ। ਮੇਰੀ ਇੱਕ ਵਾਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਸਾਰੇ 15 ਤਰੀਕ ਤੱਕ ਆਪਣੇ ਅੰਦਰਾਂ ਦੇ ਵਿੱਚ ਰਹਿਣ, ਜਿੱਥੇ ਕੋਈ ਐਮਰਜੈਂਸੀ ਦੀ ਲੋੜ ਹੈਗੀ ਹੈ। ਮੇਰਾ ਨੰਬਰ ਸਾਰਿਆਂ ਕੋਲ ਹੈ, ਡੀ ਸੀ ਸਾਹਿਬ ਦਾ ਨੰਬਰ ਸਾਰਿਆਂ ਕੋਲ ਹੈ, 112 ਨੰਬਰ ਸਾਡਾ ਡੈਜੀਗਨੇਟਿਡ ਇੱਕ ਨੰਬਰ ਹੈਗਾ, ਜਿਹੜਾ ਮਰਜ਼ੀ ਉਸ 'ਤੇ ਕਾਲ ਕਰੇ। ਅਸੀਂ ਵਚਨਬੰਧ ਹਾਂ ਕਿ ਅਸੀਂ ਘੰਟੇ ਦੋ ਘੰਟੇ ਦੇ ਵਿੱਚ ਉਸ ਬੰਦੇ ਦੀ ਉਸ ਐਮਰਜੈਂਸੀ ਨੂੰ ਦੂਰ ਕਰਾਂਗੇ। ਥੈਂਕ ਯੂ ਸੋ ਮਚ, ਜੈ ਹਿੰਦ। ਅੱਛਾ,